answer something different. ਨਹੀਂ ਨਹੀਂ ਜਦੋਂ ਦਿਲਜੀਤ ਸਰ ਹੋਣ ਅਤੇ ਨੀਰੂ ਮੈਮ ਹੋਣ ਉਹਨਾਂ ਦੇ ਵਿੱਚ ਹੱਡੀ ਬਣ ਕੇ ਵੀ ਇੰਨਾ ਸਵਾਦ ਆਉਂਦਾ ਨਾ, ਮਤਲਬ ਜਿੰਨਾ ਸਵਾਦ ਇਸ ਹੱਡੀ ਨੂੰ ਆ ਰਿਹਾ ਨਾ ਤੁਹਾਨੂੰ ਦੇਖਣ ਨੂੰ ਹੋਰ ਜ਼ਿਆਦਾ ਹੋਊਗਾ. ਅਤੇ ਮੈਂ ਤਾਂ ਉੱਠੀ ਆਈ ਸੀ, ਮੈਂ ਪਿਛਲੇ ਇੰਟਰਵਿਊ 'ਚ ਵੀ ਦੱਸਿਆ ਕਿ ਜਦੋਂ ਪਹਿਲਾ ਦਿਨ ਸੀਗਾ ਤਾਂ ਮੈਂ ਉੱਠਿਆ ਹਾਏ ਅੱਜ ਇਹਨਾਂ ਨਾਲ ਕੰਮ ਕਰਨਾ, ਦਿਲਜੀਤ ਸਰ ਦੇ ਸਾਹਮਣੇ ਜਾਣਾ, ਸ਼ੋਟ ਦੇਣਾ, ਨੀਰੂ ਮੈਮ ਨੂੰ ਮਿਲਣਾ. ਅਤੇ ਬਾਅਦ 'ਚੋਂ ਪਤਾ ਲੱਗਿਆ ਕਿ ਯਾਰ ਇਹਨਾਂ ਦੇ ਵਿੱਚ ਹੀ ਪੈਣਾ, ਹੱਡੀ ਬਣਨਾ, ਇਹਨਾਂ ਦੇ ਵਿੱਚ ਦਰਾਰ ਪਾਣੀ ਹੈ. ਤਾਂ ਮੈਂ ਕਿਹਾ ਇਹ ਵੀ ਚੱਲੂਗਾ, ਜੋ ਵੀ ਇਹਦੇ 'ਚ ਵੀ ਸਵਾਦ ਆ. ਬਟ ਆਈ ਐਮ ਵੈਰੀ ਓਨਰਡ ਐਂਡ ਮੈਨੂੰ ਲੱਗਦਾ ਕਰੀਅਰ ਦੇ ਇੰਨੇ ਸ਼ੁਰੂਆਤੀ ਦੌਰ 'ਚ ਲੈਜੈਂਡਸ ਦੇ ਨਾਲ, ਮੇਰੇ ਲਈ ਤਾਂ ਆਈਡਲਸ ਨੇ, ਲੈਜੈਂਡਸ ਨੇ, ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਮੇਰਾ ਤਾਂ ਡ੍ਰੀਮ ਕਮ ਟਰੂ ਮੂਮੈਂਟ ਹੈ. ਬਾਤ ਹੈ, ਇਸ ਫਿਲਮ ਦੀ ਨਾ ਇੱਕ ਖਾਸੀਅਤ ਜਿਹੜੀ ਹੈਗੀ ਮੈਨੂੰ ਹਜੇ ਲੱਗੀ ਜਦ ਮੈਂ ਪਹਿਲੀ ਵਾਰ ਦੇਖੀ ਸੀ, ਇੰਨੀ ਨੋਕ ਝੋਂਕ ਤੋਂ ਬਾਅਦ ਜਿਹੜਾ ਪਿਆਰ ਨਿਕਲਦਾ ਹੈ ਨਾ, ਉਹ ਕਿਤੇ ਕਿਤੇ ਐਂ ਲੱਗਦਾ ਯਾਰ ਮਜ਼ੇਦਾਰ ਹੈ. ਨੀਰੂ ਤੁਸੀਂ ਤਾਂ ਐਕਸਪੀਰੀਅੰਸ ਹੋ ਪਿਆਰ ਦੇ ਮਾਮਲੇ ਦੇ ਵਿੱਚ, ਮੈਨੂੰ ਦੱਸੋ ਨੋਕ ਝੋਂਕ ਕਿੰਨੀ ਕੁ ਜ਼ਰੂਰੀ ਹੁੰਦੀ ਹੈ? ਐਕਸਕਿਊਜ਼ ਮੀ, ਮੈਨੂੰ ਦੱਸੋ ਕਿੰਨੀ ਕੁ ਜ਼ਰੂਰੀ ਹੁੰਦੀ ਹੈ ਇਹ ਨੋਕ ਝੋਂਕ ਅਤੇ ਨੋਕ ਝੋਂਕ ਵਾਲਾ ਪਿਆਰ ਜਿਹੜਾ ਸਾਨੂੰ ਜੈੱਟ ਅਤੇ ਜੂਲੀਅਟ 'ਚ ਦਿਖਦਾ ਹੈ, ਅਤੇ ਇਹ ਤੁਹਾਡੀ ਰੀਅਲ ਲਾਈਫ ਦੇ ਵਿੱਚ ਇਹ ਨੋਕ ਝੋਂਕ ਕਿੰਨੀ ਕੁ ਹੈਗੀ? ਫਰੋਮ ਐਕਸਪੀਰੀਅੰਸਡ ਬੰਦਾ ਸੁਣਨਾ ਚਾਹੁੰਦੇ ਹੋ ਮੇਰਾ? ਵੈਲ ਆਈ ਥਿੰਕ ਆਈ ਡੋਂਟ ਨੋ, ਜ਼ਰੂਰੀ ਹੈ ਉਹਦੇ ਨਾਲ ਪਿਆਰ ਵੱਧਦਾ ਹੈ. ਮੇਰੀ ਤਾਂ ਅੱਜ ਕੱਲ੍ਹ ਮੇਰੇ ਹਸਬੈਂਡ ਨਾਲ ਲੜਾਈ ਐਕਚੁਲੀ ਚੱਲ ਹੀ ਰਹੀ ਹੈ, 3 ਦਿਨ ਹੋ ਗਏ ਮੈਂ ਗੱਲ ਹੀ ਨਹੀਂ ਕੀਤੀ. ਅੱਜ ਉਹਨਾਂ ਦਾ ਮੈਸੇਜ ਆਇਆ ਹਾਏ, ਸੋ ਆਈ ਥਿੰਕ ਇਟਸ ਇੰਪੋਰਟੈਂਟ ਸਮਟਾਈਮਸ, ਯੂ ਨੋ. ਤੇ ਕਿੰਨਾ ਟਾਈਮ ਚੱਲਦੀ ਹੁੰਦੀ ਹੈ ਇਹ ਲੜਾਈ ਵੈਸੇ? ਇਹ ਸਭ ਤੋਂ ਲੰਬੀ ਲੜਾਈ ਚੱਲੀ ਹੈ ਦਿਸ ਟਾਈਮ. ਅੱਛਾ ਬਈ, ਹੁਣ ਕੀ ਕਰੀਏ, ਜੂਲੀਅਟ ਜੋ ਹੈ ਉਹ ਬਹੁਤ ਬਿਜ਼ੀ ਚੱਲ ਰਹੀ ਹੈ ਨਾ ਐਗਜ਼ੈਕਟਲੀ ਪ੍ਰੋਮੋਸ਼ਨਸ ਦੇ ਵਿੱਚ. ਬਟ ਇੱਕ ਚੀਜ਼ ਜਿਹੜੀ ਮੈਂ ਕੱਲ੍ਹ ਦੇਖੀ, ਤੁਹਾਡੇ ਦੋਹਾਂ ਦਾ ਜਿਹੜਾ ਕੰਬੀਨੇਸ਼ਨ ਰੀਲਸ 'ਚ ਵੀ ਦਿਖ ਰਿਹਾ, ਮੈਨੂੰ ਦੱਸੋ ਉਹ ਕਿੰਨਾ ਕੁ ਇੰਜੋਏ ਕਰ ਰਹੇ ਹੋ ਤੁਸੀਂ ਦੋਨੋਂ ਜਣੇ? ਬਿਕੋਜ਼ ਅਸੀਂ ਇੰਨਾ ਕੁ ਇੰਜੋਏ ਕਰ ਰਹੇ ਉਹਨਾਂ ਨੂੰ. ਕੱਲ੍ਹ ਤਾਂ ਇੱਕ ਦੂਜੇ ਨਾਲ ਥਪੜੋ ਥਪੜੀ ਜਿਹੜਾ ਉਹ ਰੀਲ ਬਣਾਈ ਤੁਸੀਂ, ਓ ਹੋ 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 ਹੋ, ਨੀਰੂ ਜੀ ਡਾਇਰੈਕਟ ਕਰ ਰਹੇ ਹੋ? ਅੱਛਾ, ਹਾਂਜੀ, ਹੌਲੀ ਹੌਲੀ ਮੇਰੀ ਫਿਲਮ ਵੀ ਡਾਇਰੈਕਟ ਕਰਨਗੇ. ਕੀ ਬਾਤ ਹੈ, 100%. ਇੱਕ ਬਹੁਤ ਲੋਕਾਂ ਲਈ ਸੁਪਨੇ ਵਰਗਾ ਆ, ਤੁਸੀਂ ਜਿੱਥੇ ਤੱਕ ਅੱਜ ਸਾਨੂੰ ਪਹੁੰਚਾਇਆ ਆ. ਮੈਂ ਲਾਸਟ ਟਾਈਮ ਤੁਹਾਨੂੰ ਯਾਦ ਹੋਏਗਾ, ਮੈਂ ਕਿਹਾ ਸੀਗਾ ਜਦ ਤੁਸੀਂ ਸਟੇਜ 'ਤੇ ਕਿਹਾ ਸੀ ਪੰਜਾਬੀ ਆ ਗਏ ਹੋਏ, ਮੈਂ ਕਿਹਾ ਦਿਲੋਂ ਨਿਕਲੀ ਸੀ ਹਾਂ ਆ ਗਏ. ਅਤੇ ਉਸ ਟਾਈਮ ਕੁਚੇਲਾ ਦੀ ਗੱਲ ਕੀਤੀ ਸੀ, ਹੁਣ ਤਾਂ ਤੁਸੀਂ ਹਰ ਸ਼ੋਅ ਕੁਚੇਲਾ ਤੋਂ ਵੱਡਾ ਕਰਤਾ ਹੈ. ਅਤੇ ਮੈਂ ਇਸ ਸਾਰੇ ਨਾਲ ਨਾ ਬਹੁਤ ਲੋਕਾਂ ਦੇ ਸੁਪਨੇ ਵੇਖੇ, ਅਤੇ ਇਹ ਪੁੱਛਣਾ ਚਾਹੂੰਗਾ ਮੈਂ ਕਿ ਸੁਪਨੇ ਪ੍ਰੈਕਟੀਕਲ ਹੋਣੇ ਚਾਹੀਦੇ ਨੇ ਕਿ ਸੁਪਨੇ ਵੱਡੇ ਹੋਣੇ ਚਾਹੀਦੇ ਨੇ? ਮੈਨੂੰ ਲੱਗਦਾ ਸਾਰਾ ਸੁਪਨਾ ਹੀ ਹੈ, ਅੱਜ ਵੀ ਜੋ ਚੱਲ ਰਿਹਾ ਸੁਪਨਾ ਹੀ ਹੈ, ਸੁਪਨੇ ਤੋਂ ਬਾਹਰ ਤਾਂ ਕੁਛ ਹੈ ਨਹੀਂ. ਪ੍ਰੈਕਟੀਕਲੀ ਦੇਖਣੇ ਚਾਹੀਦੇ ਨੇ ਜਾਂ ਵੱਡੇ ਦੇਖਣੇ ਚਾਹੀਦੇ? ਇਹ ਦੁਨੀਆ ਸੁਪਨਾ ਹੀ ਹੈ, ਜਿੱਡਾ ਵੱਡਾ ਮਰਜ਼ੀ ਸੁਪਨਾ ਦੇਖ ਲਓ, ਇਹ ਜ਼ਿੰਦਗੀ ਜੋ ਚੱਲ ਰਹੀ ਹੈ ਸੁਪਨਾ ਹੀ ਚੱਲ ਰਿਹਾ. ਸੋ ਸੁਪਨੇ 'ਚ ਜਿੱਡੇ ਮਰਜ਼ੀ ਸੁਪਨੇ ਦੇਖੀ ਜਾਓ, ਤੁਹਾਡੀ ਮਰਜ਼ੀ. ਔਰ ਪੰਜਾਬ ਮੇਰੇ ਲਈ ਮੇਰੀਆਂ ਜੜ੍ਹਾਂ, ਜਿੱਦਾਂ BN ਸਰ ਨੇ ਕਿਹਾ ਕਿ ਪੰਜਾਬੀ ਫਿਲਮ ਜ਼ਰੂਰ ਕਰੋ, ਮੈਂ ਸੋਚਿਆ ਹੋਇਆ ਪੰਜਾਬੀ ਫਿਲਮ, ਇੱਕ ਪੰਜਾਬੀ ਐਲਬਮ ਹਰ ਸਾਲ ਮੈਂ ਟਰਾਈ ਕਰਦਾ ਕਿ ਮੈਂ ਕਰਾਂ, ਅਤੇ ਉਸ ਤੋਂ ਬਾਅਦ ਬਾਕੀ ਗੱਲਾਂ ਬਾਅਦ ਦੀਆਂ. ਮੈਂ ਜ਼ਰੂਰ ਹਰ ਵਾਰੀ ਟਰਾਈ ਕਰਦਾ ਕਿ ਮੈਂ ਪੰਜਾਬੀ ਫਿਲਮ ਇੱਕ ਜ਼ਰੂਰ ਕਰਾਂ, ਪੰਜਾਬੀ ਗਾਣੇ ਆਉਂਦੇ ਰਹਿਣ, ਬਾਕੀ ਜੋ ਮੈਂ ਜਿੱਥੇ ਕੰਮ ਕਰਦਾ ਕਰਦਾ ਰਹਾਂ, ਪਰ ਇਹ ਕਦੇ ਨਹੀਂ. ਜਦ ਤੱਕ ਮਹਾਰਾਜ ਦੀ ਮਰਜ਼ੀ ਹੈ ਮੈਂ ਤਾਂ ਕੌਣ ਕਰਾਂ. ਪੰਜਾਬ 'ਚ ਲਾਈਕ ਤੁਸੀਂ ਕਿਹਾ ਕਿਤੇ ਨਾ ਕਿਤੇ ਜੜ੍ਹਾਂ ਨੇ, ਲਾਈਕ ਕੰਮ ਦੇ ਸਿਲਸਿਲੇ 'ਚ ਬਹੁਤ ਸਮੇਂ ਬਾਅਦ ਆਉਣਾ ਮਿਲਦਾ ਨਾ,
ਅਤੇ ਨਾ ਆਈ ਡੋਂਟ ਨੋ ਕਿ ਸ਼ਾਇਦ ਮੈਂ ਨੋਟ ਕਰਦਾ, ਜਦ ਤੁਸੀਂ ਪੰਜਾਬ ਆਉਂਦੇ ਹੋ ਤੁਹਾਡੀ ਵੀਡੀਓਜ਼ ਦੇ ਵਿੱਚ ਤਾਂ ਹਰ ਚੀਜ਼ ਦੇ ਵਿੱਚ ਨਾ ਇੱਕ ਅਲੱਗ ਜਿਹੀ ਨਾ ਲਾਲੀ ਦਿਖਦੀ ਹੈ, ਉਹ ਕੀ ਮਹਿਸੂਸ ਕਰਦੇ ਤੁਸੀਂ ਪੰਜਾਬ ਆ ਕੇ ਖਾਸ ਤੌਰ 'ਤੇ? ਵੀ ਕੱਲ੍ਹ ਜਦ ਮੈਂ ਦੇਖ ਰਿਹਾ ਸੀ ਕੱਲ੍ਹ ਵਾਲੀਆਂ ਤੁਹਾਡੀਆਂ ਫੀਲਿੰਗਸ ਵੀਡੀਓਜ਼ 'ਚੋਂ ਸਾਹਮਣੇ ਆ ਰਹੀਆਂ ਸੀ, ਕੀ ਫੀਲ ਕਰਦੇ ਹੋ ਜਦ ਤੁਸੀਂ ਪੰਜਾਬ ਦੀ ਧਰਤੀ 'ਤੇ ਪੈਰ ਰੱਖਦੇ ਹੋ? ਪੰਜਾਬ ਤੋਂ ਮੈਂ ਐਨਰਜੀ ਲੈ ਕੇ ਜਾਂਦਾ, ਜਦੋਂ ਵੀ ਮੈਂ ਆਉਣਾ ਪੰਜਾਬ ਤੋਂ ਐਨਰਜੀ ਲੈ ਕੇ ਜਾਂਦਾ, ਅਤੇ ਫਿਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ 'ਚ ਅਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ। ਇਹ ਪੰਜਾਬ ਦੀ ਮਿੱਟੀ ਹੈ, ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ, ਅਤੇ ਇਹਨੇ ਪੰਜਾਬ 'ਚ ਹੀ ਰਲਣਾ ਆਖਰ ਨੂੰ ਆ ਕੇ। ਸੋ ਪੰਜਾਬ ਮੇਰੇ ਨਾਲ ਹੀ ਹੈ, ਪੰਜਾਬ ਮੇਰੇ ਬਲੱਡ 'ਚ ਹੈ, ਪੰਜਾਬ ਦੀ ਮਿੱਟੀ ਹੈ, ਜਿੱਥੇ ਜਾਊਂਗਾ ਪੰਜਾਬ ਮੇਰੇ ਨਾਲ ਹੈ।